उन्हां वालों प्यार हाजर है। ज्ञानी आत्मा सिंह साहब जी बैठे ने, धन्नवाद करदा है। मान योग जथेदार बाबा चरणजीत सिंह साहब जी, संप्रदा सरहाली साहब, महान महापुरख संत बाबा शिंदर सिंह साहब जी, फतेहगढ़ सभरावां वाले शहीदी अस्थान मुकाम सरदार श्याम सिंह अटारी, फरवरी के महीने जिथे दस रोजा जोर मेला है, चढ़दी कला ना उस महान शहीद नूं याद करदिआं मनाया जांदा है। उस अस्थान दीआं संगतां और जुम्मेवार सेवादार सज्जन पहुंचे ने, सारिआं वल्लों मुहब्बत है। साडे भाजी बैठे ने आत्मा सिंह हुणां दे नाल, उन्हां वल्लों भी मान हाजर है। भाजी बलदेव सिंह जी निहारगढ़ सौ दमणा अरदास करवांदे ने, गुरु बाबा रहम भरिया हथ रखण, चढ़दी कला दी दात बख्शिश करके नवाजण। आओ एक कविता होर मैं आप जी दे सामने बयान करनी चाहुंदा है इस संदर्भ विच, क्योंकि लगभग 400 साडे भैण भरा जिहड़े इस संघर्ष का हिस्सा बने सन, जिन्हां ने अपने प्राण इस मोर्चे तो निशावर कर दिते साडी अगली नसल का भविख बचाउण वास्ते। शहीद जिंद जान होया करदे आ कौमां दे, किसी सार्थ काज नूं विढ़िया जिहड़ा अपने प्राण निशावर कर दिंदा है। याद रखो सिख आवाम उन्हां नूं शहीदां दा रुतबा दिंदा है, उन्हां नूं शहीदां वे थां दिंदा है। अज जिहड़े हकूक लई तुसीं लड़ रहे हो, जदों इहदा इतिहास सुनहरी अखरां विच लिखिया जाएगा, जिहड़े 400 शरीर लेखे विच लगे है, फिर उन्हां दी गल भी साडा इतिहास है। गौर नाल अपने विच समोएगा है, साडियां नवीआं नसलां पढ़नगियां है, मां महसूस करनगियां है। ਤੇ ਜਦੋਂ ਪੂਰੇ ਦੇਸ਼ ਦਾ ਅੰਗ ਆਪੈ ਦਿੱਲੀ ਦੇ ਬਾਰਡਰਾਂ ਤੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਬੈਠਾ ਸੀ, ਉਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਹੈ ਇਸ ਕਾਫਲੇ ਦਾ ਹਿੱਸਾ ਬਣਨ ਵਾਲੇ ਮਰਜੀਵੜਿਆਂ ਨੇ ਆਪਣੇ ਪ੍ਰਾਣ ਜਿਹੜੇ ਹੈ ਸਾਡੇ ਅਧਿਕਾਰ ਦੀ ਰਾਖੀ ਖਾਤਰ ਨਿਸ਼ਾਵਰ ਕੀਤੇ ਹੈ। ਯਾਦ ਰੱਖੋ ਕੌਮ ਧਰਮ ਦੀ ਖਾਤਰ, ਸਮਾਜ ਦੀ ਖਾਤਰ ਜਾਂ ਨੇਕੀ ਦੇ ਰਾਹ ਉੱਤੇ ਚੱਲਦੀਆਂ ਹੈ, ਜਿਹੜਾ ਆਪਣੇ ਪ੍ਰਾਣ ਦੇ ਦੇ ਉਹਨੂੰ ਸ਼ਹੀਦ ਕਹਿੰਦੀ ਹੈ। ਪਰ ਇਹਦਾ ਦੂਜਾ ਪੱਖ ਵੇਖਿਆ ਜਾਏ, ਸ਼ਹੀਦ ਹੋਣ ਵਾਲਾ ਕਿਸੇ ਪਰਿਵਾਰ ਦਾ ਹਿੱਸਾ ਹੁੰਦਾ ਹੈ। ਯਾਦ ਰੱਖੋ ਜਿਹੜਾ ਮਨੁੱਖ ਦੁਨੀਆਂ ਤੋਂ ਤੁਰ ਜਾਏ ਉਹਦੀ ਥਾਂ ਕੋਈ ਦੂਜਾ ਨਹੀਂ ਲੈ ਸਕਦਾ। ਜਿਹੜੇ ਘਰਾਂ ਦੇ ਬਛਿੰਦੇ ਕੁਰਬਾਨੀ ਕਰਕੇ ਸ਼ਹੀਦ ਹੋ ਗਏ ਨੇ, ਉਹਨਾਂ ਪਰਿਵਾਰਾਂ ਨੂੰ ਪੁੱਛੋ ਉਹਨਾਂ ਨੇ ਜਿਹੜੀਆਂ ਥਾਵਾਂ ਘਰਾਂ ਵਿੱਚੋਂ ਤੁਰ ਕੇ ਖਾਲੀ ਕੀਤੀਆਂ ਸਦਾ ਲਈ, ਉਹ ਕਦੇ ਭਰਨਗੀਆਂ ਨਹੀਂ। ਉਹਨਾਂ ਦੀ ਪੂਰਤੀ ਅਤ ਕਠਿਨ ਹੈ, ਅਤ ਮੁਸ਼ਕਲ ਹੈ। ਸ਼ਹੀਦ ਹੋਣ ਵਾਲੇ ਕਿਸੇ ਭੈਣ ਦੇ ਭਰਾ ਸਨ, ਕੋਈ ਕਿਸੇ ਦਾ ਬਾਪ ਸੀ, ਕੋਈ ਕਿਸੇ ਦਾ ਚਾਚਾ ਸੀ, ਕੋਈ ਕਿਸੇ ਦਾ ਤਾਇਆ ਸੀ, ਕੋਈ ਕਿਸੇ ਦਾ ਮਾਮਾ ਸੀ। ਕਰੀਬੀ ਰਿਸ਼ਤੇਦਾਰੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਹੈ ਸਾਡੇ ਭਰਾ ਇਸ ਅੰਦੋਲਨ ਦੇ ਲੇਖੇ ਲਾ ਕੇ ਆਪਣੇ ਪ੍ਰਾਣ ਗਵਾ ਚੁੱਕੇ ਨੇ। ਮੈਂ ਉਹਨਾਂ ਨੂੰ ਸਜਦਾ ਕਰਦਾ ਹਾਂ ਔਰ ਯਾਦ ਕਰਨਾ ਚਾਹੁੰਦਾ ਹੈ। ਅੱਜ ਆਪਾਂ ਭਾਵੇਂ ਵਿਸਾਖੀ ਦਾ ਦਿਨ ਮਨਾ ਰਹੇ ਹਾਂ, ਭਗਤ ਧੰਨਾ ਜੀ ਦੀ ਯਾਦ ਨੂੰ ਤਾਜ਼ਿਆਂ ਕਰ ਰਹੇ ਹਾਂ। ਇਸ ਸੰਦਰਭ ਵਿੱਚ ਸਾਡੇ ਕਾਫਲੇ ਨਾਲੋਂ ਜਿਹੜੇ ਸੈਂਕੜਿਆਂ ਦੀ ਗਿਣਤੀ ਵਿੱਚ ਵਿਛੜ ਗਏ ਨੇ, ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਅਰਪਿਤ ਕਰਨੇ ਚਾਹੁੰਦਾ ਹੈ। ਜੇ ਕਿਸੇ ਦਾ ਕੋਈ ਵੱਡਾ ਭਰਾ ਤੁਰਿਆ, ਯਾਦ ਰੱਖੋ ਦੇ ਜੀਵਨ ਅੰਦਰ ਹੈ, ਉਹ ਬਜ਼ੁਰਗਾਂ ਦੀ ਨਿਆਈ ਸੀ। ਬਜ਼ੁਰਗਾਂ ਦਾ ਤਾਣ ਐਸਾ ਹੁੰਦਾ ਹੈ, ਕਿਸੇ ਮੈਦਾਨ ਵਿੱਚ ਕਦੇ ਬੰਦੇ ਦੀ ਪਿੱਠ ਨਹੀਂ ਲੱਗਣ ਦਿੰਦਾ। ਕਵਿਤਾ ਪੇਸ਼ ਕਰਨੀ ਚਾਹੁੰਦਾ ਹੈ ਜਿਹਦੇ ਬੋਲ ਸਨ ਵਿਛੜ ਗਿਆਂ ਦੀਆਂ ਯਾਦਾਂ ਹੈ, ਸੀਮਾ ਚੀਰਦੀਆਂ, ਕਦੇ ਉਹ ਸਾਡੇ ਭਰਾ ਸਾਡਾ ਹਿੱਸਾ ਸਨ, ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ। ਅਫਸੋਸ ਹੈ ਅੱਜ ਉਹ ਸਾਡੇ ਵਿੱਚ ਨਹੀਂ, ਸਿਰਫ ਦਿੱਲੀ ਦੇ ਨਾਲ ਆਪਾਂ ਇਤਿਹਾਸਕ ਦਿਨ ਮਨਾਉਂਦੇ ਹਾਂ, ਉਹਨਾਂ ਨੂੰ ਵੀ ਸਦਾ ਯਾਦ ਰੱਖਣਾ ਹੈ। ਕਵਿਤਾ ਦੇ ਰਾਹੀਂ ਉਹਨਾਂ ਵਿਛੜ ਜਾਣ ਵਾਲੀਆਂ ਰੂਹਾਂ ਨੂੰ ਯਾਦ ਕਰਦਿਆਂ ਆਸਥਾ ਦੇ ਫੁੱਲ ਅਰਪਿਤ ਕਰ ਰਿਹਾ ਹੈ। ਆਓ ਕਵਿਤਾ ਪੇਸ਼ ਹੈ, ਵਿਛੜ ਗਿਆਂ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰਦੀਆਂ, ਇਉਂ ਬੇਨਤੀ ਕੀਤੀ ਜਾ ਰਹੀ ਹੈ। ਉਹ ਕਹਿਣ ਸਿਆਣੇ ਔਖਾ ਸਹਿਣਾ ਸੱਲ ਵਿਛੋੜੇ ਦਾ, ਪਰ ਪਰ ਰਿਸਦਾ ਰਹਿੰਦਾ ਹੈ ਪਲ ਪਲ ਵਿਛੋੜੇ ਦਾ, ਪਰ ਪਰ ਰਿਸਦਾ ਰਹਿੰਦਾ ਹੈ ਪਲ ਪਲ ਵਿਛੋੜੇ ਦਾ। ਬਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀ ਨਾ ਕੀ
ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀ ਨਾ ਕੀਰਤੀਆਂ ਉਹ ਹਸਤੀ ਬਾਬਰ ਭਾਵੀ ਰੱਬੀ ਰੰਗ ਵਿੱਚ ਰੰਗੀਆਂ ਦੀ ਯਾਦਾਂ ਬਣ ਕੇ ਰਹਿੰਦੀ ਹੈ ਚੰਗਿਆਈ ਚੰਗਿਆਂ ਦੀ ਯਾਦਾਂ ਬਣ ਕੇ ਰਹਿੰਦੀ ਹੈ ਚੰਗਿਆਈ ਚੰਗਿਆਂ ਦੀ ਮਾਨਸ ਦੇ ਹੱਥ ਕੁਝ ਨਹੀਂ ਪਾਤਾ ਨੇ ਤਕਦੀਰ ਦੀਆਂ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀ ਨਾ ਚੀਰਦੀਆਂ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀ ਨਾ ਚੀਰਦੀਆਂ ਵੀਰ ਵਡੇਰੇ ਹੁੰਦੇ ਸਦਾ ਸਮਾਨ ਬਜ਼ੁਰਗਾਂ ਦੇ ਕੰਡ ਕਿਧਰੇ ਨਾ ਲੱਗਣ ਦਿੰਦੇ ਤਾਣ ਬਜ਼ੁਰਗਾਂ ਦੇ ਕੰਡ ਕਿਧਰੇ ਨਾ ਲੱਗਣ ਦਿੰਦੇ ਤਾਣ ਬਜ਼ੁਰਗਾਂ ਦੇ ਵੀਰ ਹਮੇਸ਼ਾ ਹੀ ਹੁੰਦੇ ਹਨ ਬਾਵਾਂ ਵੀਰ ਦੀਆਂ ਵੀਰ ਹਮੇਸ਼ਾ ਹੀ ਹੁੰਦੇ ਹਨ ਬਾਵਾਂ ਵੀਰ ਦੀਆਂ ਵਿਛੜ ਗਿਆ ਦੀਆਂ ਯਾਦਾਂ ਸੀਨਾ ਚੀਰਦੀਆਂ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰਦੀਆਂ ਉਹ ਨਿੱਤ ਸੁਨੇਹਾ ਦਿੰਦਾ ਸੂਰਜ ਛਿਪਦਾ ਤੇ ਚੜਦਾ ਸਮਾਂ ਬੜਾ ਬਲਵਾਨ ਸਦਾ ਇੱਕ ਥਾਂ ਤੇ ਨਹੀਂ ਖੜਦਾ ਸਮਾਂ ਬੜਾ ਬਲਵਾਨ ਸਦਾ ਇੱਕ ਥਾਂ ਤੇ ਨਹੀਂ ਖੜਦਾ ਗੁਜ਼ਰ ਜਾਵਣ ਆਏ ਸਣੇ ਕੜੀਆਂ ਤੋੜ ਜੰਜੀਰ ਦੀਆਂ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਉਹ ਆਪੋ ਆਪਣੀ ਵਾਰੀ ਕੁੱਲ ਮੁਸਾਫਰ ਤੁਰ ਜਾਣੇ ਆਪੋ ਆਪਣੀ ਵਾਰੀ ਕੁੱਲ ਮੁਸਾਫਰ ਤੁਰ ਜਾਣੇ ਭਾਵੇਂ ਕੰਗਲੇ ਸ਼ਾਦਾਨੀ ਤੇ ਰਾਜੇ ਜਾਰਾ ਨੇ ਭਾਵੇਂ ਕੰਗਲੇ ਸ਼ਾਦਾਨੀ ਤੇ ਰਾਜੇ ਜਾਰਾ ਨੇ ਬਲੀ ਲੈ ਜਾਂਦਾ ਮੁਸ਼ਕਾਂ ਬੰਨ ਵਜ਼ੀਰ ਦੀਆਂ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਉਹ ਜੋ ਰੂਹਾਂ ਤੁਰ ਗਈਆਂ ਖਾਲੀ ਕਰਕੇ ਥਾਵਾਂ ਨੂੰ ਨਹੀਂ ਪਰਤਣਾ ਮੁੜ ਕੇ ਤੱਕਦੇ ਰਹੇ ਦੇ ਰਾਵਾਂ ਨੂੰ ਨਹੀਂ ਪਰਤਣਾ ਮੁੜ ਕੇ ਤੱਕਦੇ ਰਹੇ ਦੇ ਰਾਵਾਂ ਨੂੰ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਆਪਣੇ ਆਂਦਾ ਪਲ ਪਲ ਚੇਤਾ ਆਉਂਦਾ ਰਹਿੰਦਾ ਏ ਰੂਹ ਦਾ ਰਿਸ਼ਤਾ ਰੂਹਾਂ ਨੂੰ ਤੜਫਾਉਂਦਾ ਰਹਿੰਦਾ ਏ ਰੂਹ ਦਾ ਰਿਸ਼ਤਾ ਰੂਹਾਂ ਨੂੰ ਤੜਫਾਉਂਦਾ ਰਹਿੰਦਾ ਏ ਜਦੋਂ ਆਤਮਾ ਜਾਵੇ ਸਾਂਝਾ ਤੋੜ ਸਰੀਰ ਦੀਆਂ ਵਿਛੜ ਗਿਆਂ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਉਹ ਜਦੋਂ ਆਤਮਾ ਜਾਵੇ ਸਾਂਝਾ ਤੋੜ ਸਰੀਰ ਦੀਆਂ ਵਿਛੜ ਗਿਆਂ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਵਿਛੜ ਗਿਆਂ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਉਹ ਅਮਰਜੀਤ ਸਿਆ ਹਰ ਪਾਸਿਓਂ ਹੀ ਘਾਟਾ ਪੈ ਜਾਂਦਾ ਅਮਰਜੀਤ ਸਿਆ ਹਰ ਪਾਸਿਓਂ ਹੀ ਕਾਕਾ ਪੈ ਜਾਂਦਾ ਦੇਵਤਿਆਂ ਦੇ ਬੰਦਿਆਂ ਨੂੰ ਰੱਬ ਕਿੱਧਰ ਲੈ ਜਾਂਦਾ ਦੇਵਤਿਆਂ ਦੇ ਬੰਦਿਆਂ ਨੂੰ ਰੱਬ ਕਿੱਧਰ ਲੈ ਜਾਂਦਾ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਵਿਛੜ ਗਿਆ ਦੀਆਂ ਯਾਦਾਂ ਰਹਿੰਦੀਆਂ ਸੀਨਾ ਚੀਰ ਦੀਆਂ ਸਰਦਾਰ ਬਲਵਿੰਦਰ ਸਿੰਘ ਜੀ ਪੀ ਕੇ ਜੂ ਉਹਨਾਂ ਵੱਲੋਂ ਪਿੰਡ ਗੰਗਾ ਅਬਲੂਕੀ ਜ਼ਿਲ੍ਹਾ ਬਠਿੰਡਾ ਸੌ ਦਮੜਾ ਹਾਜ਼ਰ ਹੈ ਧੰਨਵਾਦ ਕਰਦਾ ਹਾਂ ਸਰਦਾਰ ਤਰਲੋਚਨ ਸਿੰਘ ਜੀ ਉਹਨਾਂ ਵੱਲੋਂ ਮਾਣ ਹਾਜ਼ਰ ਹੈ ਬਹੁਤਾ ਬਹੁਤਾ ਧੰਨਵਾਦ।